ਜਲੰਧਰ ਜ਼ਿਮਨੀ ਚੋਣ ਦੇ ਦਰਮਿਆਨ ਸ਼ੀਤਲ ਅੰਗਰਾਲ ਭਾਜਪਾ ਦੇ ਉਮੀਦਵਾਰ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ, ਉਹਨਾਂ ਦੀ ਪਤਨੀ ਅਤੇ ਉਹਨਾਂ ਦੀ ਭੈਣ ਤੋਂ ਇਲਾਵਾ ਵਿਧਾਇਕ ਰਮਨ ਅਰੋੜਾ ਦੇ ਉੱਤੇ ਵੱਡੇ ਇਲਜ਼ਾਮ ਲਾਏ ਗਏ ਨੇ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ 5 ਜੁਲਾਈ ਤੱਕ ਦਾ ਅਲਟੀਮੇਟਮ ਦਿੱਤਾ ਗਿਆ ਅਤੇ ਚੈਲੰਜ ਕੀਤਾ ਗਿਆ ਕਿ ਜੇਕਰ ਤੁਹਾਡੇ ਵੱਲੋਂ ਮੈਨੂੰ ਗਲਤ ਪਾਇਆ ਜਾਂਦਾ ਤਾਂ ਮੈਨੂੰ ਜੇਲ੍ਹ ਦੇ ਵਿੱਚ ਸੁੱਟ ਦਿਓ, ਪਰ ਜੇਕਰ ਮੇਰੇ ਸਬੂਤ ਤੁਹਾਨੂੰ ਸਹੀ ਲੱਗੇ ਤਾਂ ਆਪਣੇ ਵਿਧਾਇਕ ਦੇ ਖਿਲਾਫ਼ ਅਤੇ ਬਾਕੀ ਲੋਕਾਂ ਦੇ ਖਿਲਾਫ਼ ਕਾਰਵਾਈ ਕਰਿਓ, ਜਿਨ੍ਹਾਂ ਦੇ ਵੱਲੋਂ ਜਲੰਧਰ ਦੇ ਵਿੱਚੋਂ ਵਸੂਲੀ ਕੀਤੀ ਜਾ ਰਹੀ ਹੈ ਮੁੱਖ ਮੰਤਰੀ ਦੀ ਪਤਨੀ ਅਤੇ ਭੈਣ ਦੇ ਨਾਮ ਦੇ ਉੱਤੇ। ਇਸ ਦੇ ਵਿੱਚ ਉਹਨਾਂ ਦੇ ਵੱਲੋਂ ਆਖਿਆ ਗਿਆ ਕਿ ਜੋ ਵਿਧਾਇਕ ਨੇ ਰਮਨ ਅਰੋੜਾ ਜਲੰਧਰ ਦੇ ਵਿੱਚੋਂ ਹੀ ਵਿਧਾਇਕ ਚੁਣੇ ਹੋਏ ਨੇ, ਉਹਨਾਂ ਦੇ ਵੱਲੋਂ ਉਹਨਾਂ ਦੀ ਪਤਨੀ ਅਤੇ ਭੈਣ ਦੇ ਨਾਮ ਦੇ ਉੱਤੇ ਵਸੂਲੀ ਕੀਤੀ ਜਾ ਰਹੀ ਹੈ, ਜਿਸ ਦੇ ਵਿੱਚ ਉਹਨਾਂ ਨੇ ਇਸ ਦੇ ਰੇਟ ਵੀ ਦੱਸੇ ਨੇ ਅਤੇ ਉਹਨਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਜੇਕਰ 5 ਜੁਲਾਈ ਤੱਕ ਇਹ ਸਾਰੇ ਸਬੂਤਾਂ ਦੇ ਉੱਤੇ ਕਾਰਵਾਈ ਨਹੀਂ ਕੀਤੀ ਤਾਂ ਫਿਰ ਜਨਤਕ ਕਰ ਦਿੱਤੇ ਜਾਣਗੇ। ਅੰਗਰਾਲ ਨੇ ਕਿਹਾ ਕਿ ਜਲੰਧਰ ਸੈਂਟਰਲ ਤੋਂ ਵਿਧਾਇਕ ਰਮਨ ਅਰੋੜਾ ਮੁੱਖ ਮੰਤਰੀ ਦੇ ਪਤਨੀ ਅਤੇ ਭੈਣ ਦੇ ਨਾਮ 'ਤੇ ਵਸੂਲੀ ਕਰਦਾ ਹੈ ਅਤੇ ਇਸ ਦਾ ਰੇਟ ਵੀ ਤੈਅ ਕੀਤਾ ਹੋਇਆ, ਜਿਵੇਂ ਕਿ ਕੋਈ ਦੁਕਾਨ ਦਾ ਲੈਂਟਰ ਪਾਉਂਦਾ ਤਾਂ ਉਸ ਤੋਂ 5 ਲੱਖ ਰੁਪਏ ਵਸੂਲੇ ਜਾਂਦੇ ਨੇ, ਕਲੋਨੀ ਕੱਢਦਾ ਤਾਂ ਉਸ ਤੋਂ 25 ਲੱਖ ਰੁਪਏ ਅਤੇ ਮਾਲ ਬਣਾਉਣ ਦੇ ਲਈ 50 ਲੱਖ ਰੁਪਏ ਅਤੇ ਜੇਕਰ ਕੋਈ ਛੱਤ ਪਾਉਂਦਾ ਤਾਂ ਉਸ ਤੋਂ 2 ਲੱਖ ਰੁਪਏ ਵਸੂਲੇ ਜਾਂਦੇ ਆ। ਇਹ ਇਲਜ਼ਾਮ, ਵੱਡੇ ਇਲਜ਼ਾਮ ਜਿਹੜੇ ਸ਼ੀਤਲ ਅੰਗਰਾਲ ਭਾਜਪਾ ਦੇ ਉਮੀਦਵਾਰ ਨੇ ਜਲੰਧਰ ਜ਼ਿਮਨੀ ਚੋਣ ਦੇ ਵਿੱਚ ਉਹਨਾਂ ਦੇ ਵੱਲੋਂ ਲਾਏ ਗਏ ਨੇ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ 5 ਜੁਲਾਈ ਤੱਕ ਦਾ ਸਮਾਂ ਦਿੱਤਾ ਗਿਆ ਕਾਰਵਾਈ ਕਰਨ ਦੇ ਲਈ। ਜੇਕਰ ਅਜਿਹਾ ਮੁੱਖ ਮੰਤਰੀ ਨਹੀਂ ਕਰਦੇ ਤਾਂ ਫਿਰ ਉਸਦਾ ਕਹਿਣਾ ਹੈ ਕਿ ਸਾਰੇ ਸਬੂਤ ਲੋਕਾਂ ਦੇ ਵਿੱਚ ਮੈਂ ਰੱਖ ਦਿਆਂਗਾ ਅਤੇ ਉਸਦੇ ਵੱਲੋਂ ਇਹ ਵੀ ਆਖਿਆ ਗਿਆ ਕਿ ਮੈਨੂੰ ਜਾਨੋਂ ਵੀ ਮਾਰਿਆ ਜਾ ਸਕਦਾ ਹੈ। ਤਾਂ ਇਸ ਤਰ੍ਹਾਂ ਦੇ ਵੱਡੇ ਇਲਜ਼ਾਮ ਜੋ ਸ਼ੀਤਲ ਅੰਗਰਾਲ ਵਿਧਾਇਕ ਰਹਿ ਚੁੱਕੇ ਨੇ ਆਮ ਆਦਮੀ ਪਾਰਟੀ ਦੇ ਜਲੰਧਰ ਪੱਛਮੀ ਤੋਂ, ਹੁਣ ਉਮੀਦਵਾਰ ਨੇ ਭਾਜਪਾ ਦੇ, ਉਹ ਲਗਾ ਰਹੇ ਨੇ ਸੀਐਮ ਦੇ ਪਰਿਵਾਰ ਅਤੇ ਵਿਧਾਇਕ ਰਮਨ ਅਰੋੜਾ ਦੇ ਉੱਤੇ। ਇਸ ਤੋਂ ਇਲਾਵਾ ਬਿਕਰਮ ਮਜੀਠੀਆ ਦੇ ਵੱਲੋਂ ਵੀ ਇਸ ਮਾਮਲੇ ਦੇ ਵਿੱਚ ਜਿਹੜਾ ਇੱਕ ਵੱਡਾ ਬਿਆਨ ਦਿੱਤਾ ਗਿਆ ਹੈ, ਟਵੀਟ ਕਰਕੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਵੀ ਸਵਾਲ ਚੁੱਕੇ ਗਏ ਨੇ ਸ਼ੀਤਲ ਅੰਗਰਾਲ ਦੇ ਇਹਨਾਂ ਇਲਜ਼ਾਮਾਂ ਤੋਂ ਬਾਅਦ। ਟਵੀਟ ਕਰਕੇ ਮਜੀਠੀਆ ਨੇ ਆਖਿਆ, ਜਲੰਧਰ ਪੱਛਮੀ ਤੋਂ ਭਾਜਪਾ ਦੇ ਜ਼ਿਮਨੀ ਚੋਣ ਦੇ ਉਮੀਦਵਾਰ ਸ਼ੀਤਲ ਅੰਗਰਾਲ ਵੱਲੋਂ ਜਲੰਧਰ ਸੈਂਟਰਲ ਦੇ ਵਿਧਾਇਕ ਰਮਨ ਅਰੋੜਾ ਵੱਲੋਂ ਮੁੱਖ ਮੰਤਰੀ ਦੇ ਭੈਣ ਜੀ, ਮਾਤਾ ਜੀ ਅਤੇ ਪਤਨੀ ਦੇ ਨਾਮ 'ਤੇ ਲੋਕਾਂ ਕੋਲੋਂ ਹਿੱਸਾ ਵਸੂਲੀ ਕਰ ਰਿਹਾ ਅਤੇ ਕਾਰੋਬਾਰੀਆਂ ਤੋਂ ਰੰਗਦਾਰੀਆਂ ਵਸੂਲ ਰਿਹਾ। ਅੱਜ ਸ਼ੀਤਲ ਅੰਗਰਾਲ ਨੇ ਮੁੱਖ ਮੰਤਰੀ ਨੂੰ ਚੈਲੰਜ ਕੀਤਾ ਹੈ ਕਿ ਉਹ ਇਹ ਸਾਰੇ ਮਾਮਲੇ ਦੀ ਜਾਂਚ ਕਰਾਉਣ, ਨਹੀਂ ਤਾਂ 5 ਜੁਲਾਈ ਨੂੰ ਸਾਰੇ ਸਬੂਤਾਂ ਨੂੰ ਜਨਤਕ ਕਰਨਗੇ। ਜ਼ਿਕਰਯੋਗ ਹੈ ਕਿ ਸ਼ੀਤਲ ਅੰਗਰਾਲ ਉਹੀ MLA ਹੈ ਜਿਸਨੇ ਕੁਝ ਮਹੀਨੇ ਪਹਿਲਾਂ ਹੀ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਆਪਰੇਸ਼ਨ ਲੋਟਸ ਦੇ ਤਹਿਤ 25 ਕਰੋੜ ਰੁਪਏ ਦੀ ਪੇਸ਼ਕਾਰੀ ਦੀ ਗੱਲ ਕੀਤੀ ਸੀ, ਪਰ ਉਸ ਸਮੇਂ ਵੀ ਸ਼ੀਤਲ ਅੰਗਰਾਲ ਕੋਈ ਸਬੂਤ ਪੇਸ਼ ਨਹੀਂ ਕਰ ਸਕੇ ਸਨ। ਆਪਣੇ ਆਪ ਨੂੰ ਕੱਟੜ ਇਮਾਨਦਾਰ ਅਖਵਾਉਣ ਵਾਲੇ ਮੁੱਖ ਮੰਤਰੀ ਜੀ ਲੋੜ ਹੈ, ਅੱਜ ਇਹ ਸਭ ਦੀ ਸੁਤੰਤਰ ਜਾਂਚ ਲੋਕਾਂ ਕਰਾ ਕੇ ਲੋਕਾਂ ਦੇ ਸਾਹਮਣੇ ਸੱਚ ਰੱਖੋ। ਮੈਂ ਭਾਜਪਾ ਦੀ ਕੇਂਦਰ ਸਰਕਾਰ ਨੂੰ ਵੀ ਅਪੀਲ ਕਰਦਾ ਹਾਂ ਕਿ ਉਹਨਾਂ ਦਾ ਜ਼ਿਮਨੀ ਚੋਣ ਲੜ ਰਿਹਾ ਉਮੀਦਵਾਰ ਜੋ ਸਾਰੇ ਦੇਸ਼ ਦੋਸ਼ ਲਗਾ ਰਿਹਾ ਹੈ, ਉਹਨਾਂ ਦੀ CBI ਜਾਂ ED ਤੋਂ ਨਿਰਪੱਖ ਜਾਂਚ ਕਰਵਾਈ ਜਾਵੇ। ਮੁੱਖ ਮੰਤਰੀ ਭਗਵੰਤ ਮਾਨ ਨੂੰ ਜਿੱਥੇ ਉਹਨਾਂ ਨੇ ਚੈਲੰਜ ਕੀਤਾ ਬਿਕਰਮ ਮਜੀਠੀਆ ਨੇ ਕਿ ਇਸ ਦੀ ਜਾਂਚ ਕਰਾਓ, ਉੱਥੇ ਹੀ CBI ਅਤੇ ED ਕੋਲੋਂ ਵੀ ਜਾਂਚ ਕਰਾਉਣ ਦੀ ਮੰਗ ਸ਼ੀਤਲਾ ਅੰਗਰਾਲ ਦੇ ਦੋਸ਼ਾਂ ਦੀ ਜਿਹੜੀ ਆ ਕੀਤੀ ਗਈ ਹੈ। ਇਸ ਦੇ ਵਿੱਚ ਕੀ ਸੱਚ ਹੈ, ਕੀ ਝੂਠ ਹੈ, ਕੀ ਜਾਂ ਸਿਰਫ ਬਿਕਰਮ ਮਜੀਠੀਆ ਅਤੇ ਸ਼ੀਤਲ ਅੰਗਰਾਲ ਦੇ ਵੱਲੋਂ ਜੋ ਇਲਜ਼ਾਮ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਹਨਾਂ ਦੇ ਵਿਧਾਇਕ ਪਤਨੀ ਅਤੇ ਭੈਣ ਦੇ ਉੱਪਰ ਲਾਏ ਜਾ ਰਹੇ ਨੇ ਸਿਰਫ ਬੇਬੁਨਿਆਦ ਨੇ, ਜਾਂ ਫਿਰ ਚੋਣਾਂ ਦੇ ਵਿੱਚ CM ਨੂੰ ਜਾਂ ਉਹਨਾਂ ਦੇ ਪਰਿਵਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸ਼ੀਤਲ ਅੰਗਰਾਲ ਦੇ ਵੱਲੋਂ? ਇਸ ਦਾ ਨਿਤਾਰਾ ਤਾਂ ਇਹਨਾਂ ਸਬੂਤਾਂ ਜਿਹੜੇ ਉਹਨਾਂ ਦੇ ਵੱਲੋਂ ਕਥਿਤ ਤੌਰ 'ਤੇ ਦੱਸੇ ਜਾ ਰਹੇ ਨੇ ਕਿ ਮੇਰੇ ਕੋਲ ਸਬੂਤ ਨੇ, 5 ਜੁਲਾਈ ਨੂੰ ਪੇਸ਼ ਕਰਾਂਗਾ, ਕਾਲ ਰਿਕਾਰਡਿੰਗਾਂ ਦਾ ਦਾਅਵਾ
ਅਤੇ ਹੋਰ ਕਈ ਗੱਲਾਂ ਉਹਨਾਂ ਦੇ ਵੱਲੋਂ ਕਹੀਆਂ ਗਈਆਂ ਨੇ ਕਿ ਇਹ ਪੇਸ਼ ਕਰਕੇ ਲੋਕਾਂ ਦੇ ਸਾਹਮਣੇ ਸੱਚ ਰੱਖਾਂਗਾ ਤਾਂ ਕੀ ਇਹਨਾਂ ਦੀ ਜਾਂਚ ਕਰਾ ਕੇ ਮੁੱਖ ਮੰਤਰੀ ਭਗਵੰਤ ਮਾਨ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਸਕਦੇ ਨੇ ਜਾਂ ਫਿਰ ਜੋ ਇਲਜ਼ਾਮ ਲਗਾਏ ਜਾ ਰਹੇ ਨੇ ਤੁਹਾਨੂੰ ਇਸ ਦੇ ਵਿੱਚ ਕੋਈ ਸੱਚ ਸਾਹਮਣੇ ਨਜ਼ਰ ਆਉਂਦਾ ਹੈ? ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਵੀ ਦੱਸੋ, ਕਿਉਂਕਿ ਵੱਡੇ ਇਲਜ਼ਾਮ ਹੈ ਜਿਹੜੇ ਮੁੱਖ ਮੰਤਰੀ ਦੇ ਪਤਨੀ ਅਤੇ ਭੈਣ ਦੇ ਉੱਤੇ ਸ਼ੀਤਲ ਅੰਗਰਾਲ ਦੇ ਵੱਲੋਂ ਲਾਏ ਜਾ ਰਹੇ ਨੇ ਕਿ ਉਹਨਾਂ ਦੇ ਨਾਮ ਦੇ ਉੱਤੇ ਵਸੂਲੀ ਕੀਤੀ ਜਾ ਰਹੀ ਹੈ। ਰੇਟ ਉਹਨਾਂ ਦੇ ਵੱਲੋਂ ਜੋ ਦੱਸੇ ਜਾ ਰਹੇ ਨੇ ਕਿ ਇਸ ਤਰੀਕੇ ਦੇ ਨਾਲ ਪੈਸੇ ਇਕੱਠੇ ਕਰਕੇ ਭੇਜਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਤਾਂ ਸ਼ੀਤਲ ਅੰਗਰਾਲ ਦੇ ਵੱਲੋਂ ਰਮਨ ਅਰੋੜਾ ਅਤੇ ਸੀਐਮ ਦੀ ਪਤਨੀ ਅਤੇ ਭੈਣ ਦੇ ਨਾਮ ਦੇ ਉੱਤੇ ਵਸੂਲੀ ਕਰਨ ਦੇ ਇਲਜ਼ਾਮ ਲਾਏ ਗਏ ਨੇ। ਕੀ ਇਸ ਦੇ ਵਿੱਚ ਤੁਹਾਨੂੰ ਕੋਈ ਸੱਚ ਨਜ਼ਰ ਆਉਂਦਾ ਹੈ? ਆਪਣੀ ਰਾਏ ਜ਼ਰੂਰ ਦੱਸੋ। ਬਾਕੀ ਅਪਡੇਟਸ ਦੇ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ।